ਕਿਸਾਨਾਂ ਦੀ ਤਲਖੀ ਹੋਈ ਹੈ ਜੀ ਸ਼ੰਭੂ ਬਾਰਡਰ 'ਤੇ, ਇੱਕ ਲੜਾਈ ਦਾ ਰੂਪ ਧਾਰਨ ਕਰ ਗਿਆ ਜਦੋਂ ਕੋਈ ਭਾਸ਼ਣ ਕਰ ਰਿਹਾ ਸੀ ਲੀਡਰ, ਅਤੇ ਉਹਨੂੰ ਕਿਵੇਂ ਦੇਖਦੇ ਹੋ? ਹਰਮਨ ਸਿੰਘ ਭੰਦੇਰ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਦੋਂ ਲੋਕ ਸਭਾ ਚੋਣਾਂ ਦੌਰਾਨ ਹੰਸ ਰਾਜ ਹੰਸ ਜੀ ਜਿਹੜੇ ਸਾਂਸਦ ਦੀ ਚੋਣ ਲੜ ਰਹੇ ਸੀ ਅਤੇ ਖੜ੍ਹੇ ਸੀ, ਅਤੇ ਉਹਨਾਂ ਨੇ ਕਿਹਾ ਸੀ ਕਿ ਚਾਹੇ ਹਾਰੀਏ ਚਾਹੇ ਜਿੱਤੀਏ ਅਸੀਂ, ਅਤੇ ਇਹ ਜਿਹੜੇ ਧਨਾੜ ਨੇ ਜਿਹੜੇ ਕਿਸਾਨ ਨੇ ਜਿਹੜੇ ਕਿ ਮਿਲੇ, ਇਹਨਾਂ ਨਾਲ ਬਾਅਦ 'ਚ ਵੀ ਦੇਖਾਂਗੇ ਕਿ ਇਹਨਾਂ ਦਾ ਕੀ ਹੁੰਦਾ। ਜਿਹੜਾ ਹੁਣ ਮੋਦੀ ਸਾਹਿਬ ਨੇ ਨਵਾਂ ਕਿਸਾਨਾਂ ਨੂੰ ਰਾਹਤ ਕਹਿੰਦੇ ਨੇ ਵੀ ਰਾਹਤ ਫੰਡ ਦਿੱਤਾ ਹੈ ਕਿਸਾਨਾਂ ਨੂੰ, ਜਿਹੜਾ ਨਵੀਂ ਸਕੀਮ ਦਿੰਦੇ ਨੇ, ਜਿਹੜਾ ਛੋਟਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ, 6000 ਨਾਲ ਕੀ ਕਰੂਗਾ ਉਹ? 6000 ਨਾਲ ਤਾਂ 3 ਕਿੱਲੇ ਬਜਾਏ ਨਹੀਂ ਜਾਂਦੇ, 2000 ਤੋਂ 2500 ਰੁਪਈਆ ਦਾ ਕਿਰਾਇਆ ਹੀ ਹੈ। ਅਤੇ ਇਹੀ ਹੈ ਪੰਮਾ ਜੀ ਗੰਭੀਰ ਮੁੱਦਾ ਹੈ, ਕਿਸਾਨੀ ਨੂੰ ਖੁਸ਼ਹਾਲ ਕਰਨ ਲਈ ਵੱਡੇ ਉਪਰਾਲੇ ਕਰਨੇ ਪੈਣਗੇ, ਸਰਕਾਰ ਨੂੰ ਸਾਰੀਆਂ ਫਸਲਾਂ 'ਤੇ MSP ਦੀ ਗਰੰਟੀ ਦੇਣੀ ਚਾਹੂਗੀ। ਇਹ ਤਾਂ ਇੱਕ ਅੱਤਿਆਚਾਰ ਆ, ਤਾਨਾਸ਼ਾਹੀ ਸਰਕਾਰ ਆ। ਚਾਵਲ ਆਪਣੀ ਮੁੱਖ ਖੁਰਾਕ ਨਹੀਂ ਹੈ, ਆਪਾਂ ਨੂੰ ਬੀਜਣਾ ਪੈ ਰਿਹਾ ਕਿਉਂਕਿ ਹੋਰ ਫਸਲਾਂ 'ਤੇ MSP ਨਹੀਂ। ਜੇ ਆਪਾਂ ਨੂੰ ਹੋਰ ਫਸਲਾਂ 'ਤੇ MSP ਮਿਲ ਜੇ ਜਿੰਨੀ ਆਪਾਂ ਚਾਹੁੰਦੇ ਹਾਂ, ਤਾਂ ਕਿਉਂ ਬੀਜੂਗਾ ਕੋਈ ਝੋਨਾ? ਕਿਤੇ ਨਾ ਕਿਤੇ ਇਹਦੇ ਪਿੱਛੇ ਵੀ ਤੁਸੀਂ ਮੰਨਦੇ ਹੋ ਕਿ ਚਾਲ ਹੋ ਸਕਦੀ ਹੈ ਇੱਕ, ਕਿ ਜਿਹੜਾ ਕਿ ਝੋਨਾ ਹੈ ਜਿਹੜੀ ਕਿ ਪੰਜਾਬ ਦੇ ਲੋਕ ਖਾਂਦੇ ਨਹੀਂ, ਕਿ ਜਿਹੜਾ ਝੋਨੇ ਦੀ ਜਿਹੜੇ ਚਾਵਲ ਨੇ ਉਹ ਸਾਡੇ ਸਟੇਟਾਂ ਨੂੰ ਮਿਲੀ ਜਾਣ ਆਸਾਨ ਤਰੀਕੇ ਨਾਲ। ਰੋਜ਼ਾਨਾ ਟਾਈਮ ਦੇਖਦੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਰਮਵੀਰ ਅਤੇ ਸਾਡੇ ਨਾਲ ਸਾਡੇ ਸਹਿਯੋਗੀ ਰਜਿੰਦਰ ਜੀ ਜੁੜੇ ਨੇ। ਬਹੁਤ ਬਹੁਤ ਧੰਨਵਾਦ ਪੰਮਾ ਜੀ, ਤੁਸੀਂ ਮੈਨੂੰ ਚੈਨਲ 'ਤੇ ਆਪਣੇ 'ਤੇ ਟਾਈਮ ਦਿੱਤਾ। ਕਿਸਾਨਾਂ ਦੀ ਤਲਖੀ ਹੋਈ ਹੈ ਜੀ ਸ਼ੰਭੂ ਬਾਰਡਰ 'ਤੇ, ਇੱਕ ਲੜਾਈ ਦਾ ਰੂਪ ਧਾਰਨ ਕਰ ਗਿਆ ਜਦੋਂ ਕੋਈ ਭਾਸ਼ਣ ਕਰ ਰਿਹਾ ਸੀ ਲੀਡਰ, ਅਤੇ ਉਹਨੂੰ ਕਿਵੇਂ ਦੇਖਦੇ ਹੋ? ਪੰਮਾ ਜੀ ਗੱਲ ਕਰਦੇ ਆ ਦੇਸ਼ ਦਾ ਅੰਨਦਾਤਾ ਕਿਸਾਨ ਆ। ਅੱਜ ਦੇਸ਼ ਦੇ ਅੰਨਦਾਤਾ ਕਿਸਾਨ ਸੜਕਾਂ 'ਤੇ ਰੁੜ ਰਿਹਾ ਆਪਣੀ ਹੱਕੀ ਮੰਗਾਂ ਲਈ, ਅਤੇ ਜਿਹੜੀ ਕਿਤੇ ਨਾ ਕਿਤੇ ਹੁਣ ਜਿਹੜੀ ਤਲਖੀ ਉੱਥੇ ਅੱਜ ਗਹਿਮਾ ਗਹਿਮੀ ਹੋਈ ਆ ਸ਼ੰਭੂ ਵਿਖੇ, 13 ਫਰਵਰੀ ਤੋਂ ਜਿਹੜਾ ਧਰਨਾ ਚੱਲ ਰਿਹਾ ਉੱਥੇ ਸ਼ਾਂਤਮਈ ਧਰਨਾ, ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਨੇ। ਪਰ ਜਦੋਂ ਲੋਕ ਸਭਾ ਚੋਣਾਂ ਸੀ ਉੱਥੇ ਕਿਤੇ ਨਾ ਕਿਤੇ ਸਰਵਨ ਸਿੰਘ ਭੰਦੇਰ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਦੋਂ ਲੋਕ ਸਭਾ ਚੋਣਾਂ ਦੌਰਾਨ ਹੰਸ ਰਾਜ ਹੰਸ ਜੀ ਜਿਹੜੇ ਸਾਂਸਦ ਦੀ ਚੋਣ ਲੜ ਰਹੇ ਸੀ ਅਤੇ ਖੜ੍ਹੇ ਸੀ, ਅਤੇ ਉਹਨਾਂ ਨੇ ਕਿਹਾ ਸੀ ਕਿ ਚਾਹੇ ਹਾਰੀਏ ਚਾਹੇ ਜਿੱਤੀਏ ਅਸੀਂ, ਅਤੇ ਇਹ ਜਿਹੜੇ ਧਨਾੜ ਨੇ ਜਿਹੜੇ ਕਿਸਾਨ ਨੇ ਜਿਹੜੇ ਕਿ ਮਿਲੇ, ਇਹਨਾਂ ਨਾਲ ਬਾਅਦ 'ਚ ਵੀ ਦੇਖਾਂਗੇ ਕਿ ਇਹਨਾਂ ਦਾ ਕੀ ਹੁੰਦਾ। ਇਹ ਉਹਨਾਂ ਨੇ ਦੋਸ਼ ਲਾਏ ਨੇ ਕਿ ਇਹ ਜਿਹੜੇ ਕਿਸਾਨਾਂ ਨੇ ਕਿ ਇਹ ਕਿਤੇ ਨਾ ਕਿਤੇ ਭਾਜਪਾ ਦੀ ਵੱਡੀ ਚਾਲ ਆ ਕਿ ਕਿਸਾਨੀ ਜਿਹੜਾ ਸੰਘਰਸ਼ ਚੱਲ ਰਿਹਾ ਉਹਨੂੰ ਖਦੇੜਨ ਦੀ, ਕਿ ਉਹਨੂੰ ਲਾਏ ਉਹਨੂੰ ਕਿਤੇ ਨਾ ਕਿਤੇ ਅਸੀਂ ਖਦੇੜ ਦਈਏ, ਕਿਸਾਨਾਂ ਨੂੰ ਉੱਥੋਂ ਭਜਾ ਦਈਏ। ਸਿਆਸੀ ਕੜ ਕੱਢ ਰਹੇ ਨੇ ਇਹ ਵੱਡੇ ਕਿਸਾਨ ਲੀਡਰ ਨੇ ਜੋ ਸਰਵਨ ਸਿੰਘ ਭਦੇਰ, ਉਹਨਾਂ ਵੱਲੋਂ ਇਹ ਜਿਹੜੇ ਕਿ ਭਾਜਪਾ 'ਤੇ ਦੋਸ਼ ਲਾਏ ਗਏ ਨੇ ਕਿ ਭਾਜਪਾ ਦੀ ਚਾਲ ਹੈ ਜਿਹੜੀ ਕਿ ਉੱਥੇ ਧਰਨੇ ਨੂੰ ਢਾਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਹੁਣ ਮੋਦੀ ਸਾਹਿਬ ਨੇ ਨਵਾਂ ਕਿਸਾਨਾਂ ਨੂੰ ਰਾਹਤ ਕਹਿੰਦੇ ਨੇ ਵੀ ਰਾਹਤ ਫੰਡ ਦਿੱਤਾ ਹੈ ਕਿਸਾਨਾਂ ਨੂੰ, ਜਿਹੜਾ ਨਵੀਂ ਸਕੀਮ ਦਿੰਦੇ ਨੇ ਜਿਹੜਾ 2000 ਪਾਇਆ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਜਿਹੜੀ ਕਿ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਕਿਸਾਨ ਸਮਾਨ ਸਿਧੀ ਨਿਧੀ ਜਿਹੜੀ, ਹਾਂ ਕਿਸਾਨ ਨਿਧੀ ਯੋਜਨਾ, ਉਹਦੇ ਕੱਲ੍ਹ ਇਹ ਆ ਨਾ ਕਿ ਕਿਸਾਨ ਕਹਿੰਦੇ ਨੇ ਕਿ ਸਾਨੂੰ ਫਸਲਾਂ 'ਤੇ MSP ਦਿੱਤੀ ਜਾਵੇ। ਜਿਹੜਾ ਲਿਖਤੀ ਕਾਨੂੰਨ ਆ ਨਾ, ਕਿਸਾਨਾਂ ਦੀ ਲੜਾਈ ਉਹ ਇਹੀ ਆ ਕਿ ਜਿਹੜੀ MSP ਦੀ ਸਾਨੂੰ ਗਰੰਟੀ ਦਿੱਤੀ ਜਾਵੇ, ਸਵਾਮੀਨਾਥਨ ਦੀ ਰਿਪੋਰਟ ਆ ਜਿਹੜੀ ਉਹ ਲਾਗੂ ਕੀਤੀ ਜਾਵੇ, ਕਿ ਸਾਨੂੰ ਜਿਹੜੇ ਕਿ ਆਹ ਲਾਲੀਪੋਪ ਦਿੱਤੇ ਜਾਂਦੇ ਨੇ ਸਾਨੂੰ ਇਹਨਾਂ ਦੀ ਲੋੜ ਨਹੀਂ ਹੈਗੀ, ਵੀ ਸਾਡੇ ਖਰਚੇ ਵੱਧ ਜਾਂਦੇ ਨੇ MSP ਘੱਟ। ਹਾਂ, ਕਿ ਜਿਹੜੇ ਕਿ ਸਾਡਾ ਜੇ ਛੋਟਾ ਕਿਸਾਨ ਦੀ ਆਪਾਂ ਪੰਮਾ ਜੀ ਗੱਲ ਕਰੀਏ ਨਾ, 2 ਏਕੜ ਵਾਲਾ ਕਿਸਾਨ ਆ, ਉਹਦੇ ਕੋਲ ਤਾਂ ਵਿਚਾਰੇ ਕੋਲ ਖੇਤੀ ਕਰਨ ਲਈ ਪੂਰੇ ਸੰਦ ਨਹੀਂ ਹੁੰਦੇ। ਤੁਸੀਂ ਵੀ ਕਿਤੇ ਨਾ ਕਿਤੇ ਕਿਸਾਨੀ ਨਾਲ ਜੁੜੇ ਹੋਏ ਹੋ, ਤੁਹਾਨੂੰ ਪਤਾ ਕਿ 2 ਏਕੜ ਵਾਲਾ ਕਿਸਾਨ ਆ ਉਹਦੇ ਕੋਲ ਪੂਰੇ ਸੰਦ ਨਹੀਂ ਹੁੰਦੇ। ਜਿਹੜੀਆਂ ਕਿ ਆਪਾਂ ਕਹਿੰਦੇ ਨਾ ਪਿੰਡਾਂ ਦੇ ਵਿੱਚ ਉਹ ਚੱਲ ਰਹੀਆਂ ਨੇ ਆਪਣੀਆਂ
ਜਿਹੜੀਆਂ ਛੋਟੀਆਂ ਛੋਟੀਆਂ ਖੇਤੀ ਸਭਾਵਾਂ ਨਾਲ ਰਹੀਆਂ ਨੇ ਸੁਸਾਇਟੀਆਂ ਦੇ ਵਿੱਚ ਵੀ ਉਹ ਕਿਸਾਨਾਂ ਨੂੰ ਜਿਹੜੇ ਸੰਦ ਪ੍ਰੋਵਾਈਡ ਕਰਵਾਏ ਜਾਂਦੇ ਨੇ, ਪਰ ਉਹਨਾਂ ਦਾ ਕਿਰਾਇਆ ਲੱਗਿਆ ਦਾ। ਛੋਟਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ, ਉਹ ਕਿੱਥੋਂ ਉਹ ਸੰਦ ਦਾ ਕਿਰਾਇਆ ਭਰੂਗਾ? ਜਾਂ ਤਾਂ ਕਿਸਾਨ ਨੂੰ ਖੁਸ਼ਹਾਲ ਕਰਨ ਲਈ ਤੁਸੀਂ ਉਹਨਾਂ ਨੂੰ ਮੁਫਤ ਇਹੋ ਜਿਹੇ ਜਿਹੜੇ ਸਾਧਨ ਨੇ ਵੱਡੇ ਲਾ ਲਓ ਕਿ ਕਿਸਾਨਾਂ ਨੂੰ ਜਿਹੜੇ ਕਿ ਰੋਟਾਵੇਟਰ ਹੁੰਦੇ ਨੇ ਜਾਂ ਹੋਰ ਜਿਹੜੀਆਂ ਵੱਡੀਆਂ ਮਸ਼ੀਨਾਂ ਉਹਨੂੰ ਦਿੱਤੇ ਜਾਣ, ਪ੍ਰੋਵਾਈਡ ਕਰਵਾਏ ਜਾਣ, ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਵੱਡੇ ਉਹ ਦਿੱਤੇ ਜਾਣ, ਲਾਭ ਦਿੱਤੇ ਜਾਣ। ਪਰ ਸਰਕਾਰ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਕਹਿ ਤਾਂ ਦਿੰਦੀ ਆ, ਪਰ ਛੋਟੇ ਕਿਸਾਨ ਕੋਲ ਉਹਨਾਂ ਦਾ ਖਰਚਾ ਹੀ ਨਹੀਂ ਪੂਰਾ ਹੁੰਦਾ। ਸਿੱਧੀ ਬਿਜਾਈ ਦੇ ਵਿੱਚ ਜਿਹੜੇ ਕੀਟ ਆਪਣੇ ਨਦੀਨ ਨਾਸ਼ਕ ਨੇ ਉਹ ਜ਼ਿਆਦਾ ਵਰਤਣੇ ਪੈਂਦੇ ਨੇ, ਕਿਉਂਕਿ ਕਬਾੜ ਹੁੰਦਾ ਬਹੁਤ ਆ ਇਹਦੇ ਵਿੱਚ। ਤਾਂ ਹੀ ਉਹੀ ਕਰ ਰਹੇ ਨੇ, ਛੋਟਾ ਜਿਹੜਾ ਛੋਟਾ ਕਿਸਾਨ ਪਹਿਲਾਂ ਕਿੱਥੋਂ ਕਰੂਗਾ? ਉਹਨੂੰ ਜਿਹੜੇ ਕੀਟਨਾਸ਼ਕ ਦਵਾਈਆਂ ਨੇ ਉਹ ਕਿੰਨੀਆਂ ਮਹਿੰਗੀਆਂ ਨੇ, ਜ਼ੋਰ ਬਹੁਤ ਲੱਗਦਾ ਜੀ ਉਹਨੂੰ ਕਰਨ ਵਾਸਤੇ। ਜਿਹੜੀ ਉਹ ਝੋਨਾ ਹੈ ਸਿੱਧੀ ਬਿਜਾਈ ਹੈ, ਉਹ ਪਹਿਲਾਂ ਤਾਂ ਉਨਾ ਬੂਟਾ ਨਹੀਂ ਕਰਦੀ, ਉਹਦਾ ਝਾੜ ਨਹੀਂ ਹੁੰਦਾ। ਉਹੀ ਗੱਲ ਹੋ ਗਈ ਪੰਮਾ ਜੀ, ਇਹ ਸਮੱਸਿਆ ਬਹੁਤ ਨੇ ਕਿਸਾਨੀ ਨੂੰ। ਜੇਕਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੁੰਦੀ ਆ ਨਾ ਤਾਂ ਕਿਸਾਨ ਖੁਸ਼ਹਾਲ ਹੁੰਦਾ, ਪਰ ਕਿਤੇ ਨਾ ਕਿਤੇ ਇਹ ਵੀ ਕਿਸਾਨਾਂ ਵੱਲੋਂ ਵੱਡੇ ਦੋਸ਼ ਲਾਏ ਜਾ ਰਹੇ ਨੇ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨੂੰ ਹਮੇਸ਼ਾ ਹੀ ਢਾਹ ਲਈ ਜਾਂਦੀ ਆ। ਜਿਹੜੇ ਕਿ ਆ 2-2 ਹਜ਼ਾਰ ਰੁਪਏ ਖਾਤਿਆਂ 'ਚ ਪਾਏ ਨੇ, 2 ਹਜ਼ਾਰ ਦਾ ਸੁੱਕੀ ਜਾਂਦਾ ਜੀ ਅੱਜ ਦੇ ਸਮੇਂ ਦੇ ਵਿੱਚ। ਨਹੀਂ, ਜਿਹੜਾ ਇਹ ਕਹਿੰਦੇ ਨੇ ਜੀ ਵੀ ਅਸੀਂ ਬਹੁਤ ਮਦਦ ਕਰ ਰਹੇ ਹਾਂ, ਕਿਸਾਨ ਕਹਿ ਰਿਹਾ ਵੀ ਸਾਲ ਦਾ 6 ਹਜ਼ਾਰ ਮੈਨੂੰ ਮਿਲਿਆ, ਚਲੋ 6 ਹਜ਼ਾਰ ਮਿਲਿਆ, 6 ਹਜ਼ਾਰ ਨਾਲ ਕੀ ਕਰੂਗਾ ਉਹ? 6 ਹਜ਼ਾਰ ਨਾਲ ਤਾਂ 3 ਕਿੱਲੇ ਬਿਜਾਏ ਨਹੀਂ ਜਾਂਦੇ, 2 ਹਜ਼ਾਰ ਤੋਂ 2500 ਰੁਪਈਆ ਦਾ ਕਿਰਾਇਆ ਹੀ ਹੈ ਇੱਕ ਵਾਰ ਦੀ ਫਸਲ ਦਾ। ਅਤੇ ਇਹੀ ਹੈ ਪੰਮਾ ਜੀ ਗੰਭੀਰ ਮੁੱਦਾ ਹੈ, ਕਿਸਾਨੀ ਨੂੰ ਖੁਸ਼ਹਾਲ ਕਰਨ ਲਈ ਵੱਡੇ ਉਪਰਾਲੇ ਕਰਨੇ ਪੈਣਗੇ ਸਰਕਾਰ ਨੂੰ, ਸਾਰੀਆਂ ਫਸਲਾਂ 'ਤੇ MSP ਦੀ ਗਰੰਟੀ ਦੇਣੀ ਚਾਹੂਗੀ। ਉਸ ਤੋਂ ਬਾਅਦ ਜਿਹੜੀ ਸਵਾਮੀਨਾਥਨ ਰਿਪੋਰਟ 'ਚ ਲਾਗੂ ਹੋਊਗੀ ਨਾ, ਤਾਂ ਹੀ ਕਿਸਾਨ ਖੁਸ਼ਹਾਲ। ਹੁਣ ਸੜਕਾਂ 'ਤੇ ਕਿਹਦਾ ਬੈਠਣ ਨੂੰ ਦਿਲ ਕਰਦਾ? ਜਦੋਂ ਦਿੱਲੀ ਸੰਘਰਸ਼ ਚੱਲਿਆ ਉਦੋਂ 700 ਤੋਂ ਵੱਧ ਕਿਸਾਨਾਂ ਦੀ ਜਿਹੜੀ ਕਿ ਮੌਤ ਹੋਈ ਆ, ਹੁਣ ਵੀ ਕਈ ਕਿਸਾਨ ਮਾਰੇ ਗਏ। ਕਿਸੇ ਦਾ ਦਿਲ ਕਰਦਾ ਕਿ ਅਸੀਂ ਗਰਮੀ, ਅੱਤ ਦੀ ਗਰਮੀ ਪੈ ਰਹੀ ਹੈ ਪੰਮਾ ਜੀ, ਤੁਸੀਂ ਦੇਖ ਦਿਓ ਕਿੰਨੀ ਗਰਮੀ, ਹਨੇਰੀ ਆਈ ਹੈ। ਪਿਛਲੇ ਦਿਨ ਹੀ ਹਨੇਰੀ ਦੇ ਵਿੱਚ ਕਿਸਾਨਾਂ ਦੀਆਂ ਸਾਰੀਆਂ ਜੋ ਉੱਥੇ ਉਹਨਾਂ ਨੇ ਰਹਿਣ ਦਾ ਪ੍ਰਬੰਧ ਕੀਤੇ ਹੋਏ ਸੀ ਉਹ ਸਾਰੀਆਂ ਤਰਪਾਲਾਂ ਤਰਪੁੱਲਾਂ ਉੱਡ ਗਈਆਂ, ਉੱਥੇ ਬਹੁਤ ਨੁਕਸਾਨ ਹੋਇਆ। ਕੌਣ ਜ਼ਿੰਮੇਵਾਰ ਇਹਦਾ? ਜਿਹੜੇ ਟਰੈਕਟਰ ਖਨੌਰੀ ਬਾਰਡਰ ਦੇ ਉੱਤੇ ਭੰਨੇ ਨੇ ਉਹਨਾਂ ਦੇ, ਖਨੌਰੀ ਭੰਨੇ ਗਏ ਨੇ ਜੀ। ਇੱਕ ਮੁੰਡਾ ਸ਼ੁਭ ਕਰਨ ਸੀ, ਉਹਦੀ ਮੌਤ ਹੋਈ ਆ। ਇੱਕ ਮੁੰਡਾ ਚੱਕ ਕੇ ਲੈ ਗਏ, ਉਹਦੇ ਲਿੱਤਾ ਭੰਨਾ ਭੰਨਦੇ, ਉਹ ਭਰਵਾਈ ਕੌਣ ਕਰੂਗਾ? ਹਜੇ ਵੀ ਉੱਥੇ ਕਿਸਾਨਾਂ ਦਾ ਜੇ ਗੱਲ ਕਰ, ਸ਼ੰਭੂ ਬੈਰੀਅਰ ਦਾ ਨਾ ਜਿੱਥੇ ਬੈਰੀਗੇਡ ਕੀਤੀ ਹੋਈ ਆ ਪੁਲਿਸ ਨੇ, ਉਹਦੇ ਨਾਲ ਇੱਕ ਟਰੈਕਟਰ ਪਿਆ ਢੋਲ ਵਾਲਾ, ਉਹਨੂੰ ਚੱਕਣ ਨਹੀਂ ਦਿੰਦੇ ਹੈਗੇ ਉਹ। ਜਦੋਂ ਚੱਕਦੇ ਨੇ ਉਹ ਕਹਿੰਦੇ ਨੇ ਉਹ ਮਾਰ ਦਿੰਦੇ ਨੇ, ਅੱਗ ਗੈਸ ਦਾ ਗੋਲਾ ਮਾਰ ਦਿੰਦੇ, ਪਲਾਟ ਦੀ ਗੋਲੀ ਕਹਿੰਦੇ ਚੱਲੀਆਂ ਨੇ। ਇਹ ਤਾਂ ਇੱਕ ਅੱਤਿਆਚਾਰ ਆ, ਤਾਨਾਸ਼ਾਹੀ ਸਰਕਾਰ ਆ, ਉਹਦਾ ਅੱਤਿਆਚਾਰ ਕਿਸਾਨਾਂ ਉੱਤੇ ਕੀਤਾ ਜਾ ਰਿਹਾ। ਇਹ ਅਜਿਹੀ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਉੱਥੇ ਤੱਕ ਬਾਰਡਰ ਬਣ ਗਿਆ, ਹੁਣ ਜਿਹੜਾ ਵਿਵਾਦ ਹੋਇਆ ਇਹ ਮੈਂ ਤਾਂ ਕਿਤੇ ਨਾ ਕਿਤੇ ਜਿਹੜੀ ਸਰਕਾਰਾਂ ਦੀ ਚਾਲ ਆ ਕਿ ਜਿਹੜਾ ਕਿ ਧਰਨੇ ਨੂੰ ਢਾਹ ਲਈ ਜਾਵੇ, ਧਰਨਾ ਚੱਕਿਆ ਜਾਵੇ, ਤਾਂ ਪਰ ਕਿਸਾਨ ਸ਼ਾਂਤਮਈ ਆਪਣਾ ਮੰਗਾਂ ਨੂੰ ਲੈ ਕੇ, ਹੱਕੀ ਮੰਗਾਂ ਨੂੰ ਲੈ ਕੇ ਬੈਠੇ ਨੇ ਉੱਥੇ। ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ, ਜਿਹੜਾ ਕੋਈ ਸ਼ਰਾਰਤੀ ਅੰਸਰ ਆ ਉੱਥੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਆ। ਨਹੀਂ ਤਾਂ ਕਿਸਾਨਾਂ ਦੇ ਮਨਾਂ ਦੇ ਸਿੱਧਾ ਵਿੱਚ ਆਊਗਾ ਕਿ ਇਹ ਤਾਂ ਸਰਕਾਰ ਦੀ ਚਾਲ ਆ, ਕਿਸਾਨ ਕਹਿਣ ਵੀ ਲੱਗੇ ਕਿ ਭਾਜਪਾ ਦੀ ਚਾਲ ਆ, ਭਾਜਪਾ ਧਰਨੇ ਨੂੰ ਢਾਹ ਲਾਉਣੀ ਚਾਹੁੰਦੀ ਆ, ਤਾਂ ਇਹ ਜਿਹੜੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ। ਕਿਸਾਨ ਆਪੂ ਤਾਂ ਹੀ ਮਰ ਰਹੇ ਨੇ। ਵਿੱਚ ਜਿਹੜੇ ਬੁੱਧੀਜੀਵੀ ਨੇ ਉਹ ਕਹਿੰਦੇ ਜੀਰੀ ਤੁਸੀਂ ਰੋਕ ਦਿਓ, ਪਾਣੀ ਖਤਮ ਹੋ ਗਿਆ ਜੀ। ਕਿਸਾਨ ਇਹੀ ਗੱਲ ਕਰ ਰਹੇ ਨੇ ਕਿ ਸਾਨੂੰ ਭਾਈ MSP ਦਿਓ ਹੋਰ ਫਸਲਾਂ 'ਤੇ, ਸਾਨੂੰ ਜੀਰੀ ਬੀਜਣ ਦੀ ਲੋੜ ਨਾ ਪਵੇ।
ਕਿਉਂਕਿ ਝੋਨਾ ਤਾਂ ਇੱਕ ਆਮ ਫਸਲ ਹੋ ਗਈ, ਪੰਜਾਬੀ ਕਿਹੜਾ ਝੋਨਾ ਚਾਵਲ ਖਾਂਦੇ ਨੇ, ਤੁਸੀਂ ਦੱਸੋ ਕਿੰਨਾ ਕੁ ਚਾਵਲ ਖਾਂਦੇ ਹੋ। ਚਾਵਲ ਆਪਣੀ ਮੁੱਖ ਖੁਰਾਕ ਨਹੀਂ ਹੈ, ਆਪਾਂ ਨੂੰ ਬੀਜਣਾ ਪੈ ਰਿਹਾ ਕਿਉਂਕਿ ਹੋਰ ਫਸਲਾਂ 'ਤੇ MSP ਨਹੀਂ। ਜੇ ਆਪਾਂ ਨੂੰ ਹੋਰ ਫਸਲਾਂ 'ਤੇ MSP ਮਿਲ ਜੇ ਜਿੰਨੀ ਆਪਾਂ ਚਾਹੁੰਦੇ ਹਾਂ ਤਾਂ ਕਿਉਂ ਬੀਜੂਗਾ ਕੋਈ ਝੋਨਾ? ਝੋਨੇ ਵੱਲ ਤਾਂ ਕਿਸੇ ਨੇ ਮੂੰਹ ਨਹੀਂ ਕਰਨਾ। ਮਾਮਾ ਜੀ, ਜਿਵੇਂ ਕਿ ਫਸਲ ਦਾ ਬਦਲ ਦੀ ਗੱਲ ਕਰਦੇ ਹਾਂ, ਤੁਸੀਂ ਝੋਨੇ ਦੀ ਗੱਲ ਕਰਦੇ ਹਾਂ ਆਪਾਂ, ਝੋਨਾ ਆਪਣੇ ਪੰਜਾਬ 'ਚ ਲਾਗਤ ਘੱਟ ਹੈ, ਬਾਹਰਲੇ ਸੂਬਿਆਂ 'ਚ ਬਾਹਰਲੇ ਸਟੇਟਾਂ UP ਬਿਹਾਰ ਦੇ ਵਿੱਚ ਜ਼ਿਆਦਾ ਖਾਂਦੇ ਨੇ ਲੋਕ, ਚਾਵਲ ਦੇ ਜਿਹੜੀ ਸੇਵਨ ਜ਼ਿਆਦਾ ਕਰਦੇ ਨੇ ਉਹ ਕਿਤੇ ਨਾ ਕਿਤੇ ਇਹਦੇ ਪਿੱਛੇ ਵੀ ਤੁਸੀਂ ਮੰਨਦੇ ਹੋ ਕਿ ਚਾਲ ਹੋ ਸਕਦੀ ਹੈ ਇੱਕ, ਕਿ ਜਿਹੜਾ ਕਿ ਝੋਨਾ ਹੈ ਜਿਹੜੀ ਕਿ ਪੰਜਾਬ ਦੇ ਲੋਕ ਖਾਂਦੇ ਨਹੀਂ, ਕਿ ਜਿਹੜਾ ਝੋਨੇ ਦੀ ਜਿਹੜੇ ਚਾਵਲ ਨੇ ਉਹ ਸਾਡੀਆਂ ਸਟੇਟਾਂ ਨੂੰ ਮਿਲੀ ਜਾਣ ਆਸਾਨ ਤਰੀਕੇ ਨਾਲ, ਅਤੇ ਪੰਜਾਬ ਅਤੇ ਜਿਹੜਾ ਪੰਜਾਬ ਦਾ ਪਾਣੀ ਆ ਉਹ ਇੱਧਰ ਖਤਮ ਹੋ ਜਾਵੇ। ਮੈਂ ਵੈਸੇ ਇੱਕ ਤੁਸੀਂ ਬਹੁਤ ਵੱਡਾ ਸਵਾਲ, ਵਧੀਆ ਸਵਾਲ ਪੁੱਛਿਆ ਇਹ, ਮੈਂ ਕਿਸਾਨਾਂ ਨੂੰ ਵੀ ਆਪਣੇ ਮਾਧਿਅਮ ਨੂੰ ਅਪੀਲ ਕਰਦਾ ਕਿ ਜੇ ਆਪਾਂ ਝੋਨੇ ਦਾ ਬਦਲ ਲੱਭ ਲਈਏ ਤਾਂ ਚੰਗੀ ਗੱਲ ਆ, ਘੱਟ ਖਾ ਲਈਏ। ਜੇ ਆਪਾਂ ਇਸੇ ਤਰ੍ਹਾਂ ਅੜੀ ਕਰਦੇ ਰਹੇ ਨਾ ਕਿ MSP ਦੇ ਚੱਕਰ 'ਚ ਰਹੇ ਤਾਂ ਜ਼ਮੀਨਾਂ ਬੰਜਰ ਹੋ ਜਾਣਗੀਆਂ ਪੰਮਾ ਜੀ। ਜੇ ਜ਼ਮੀਨ ਬੰਜਰ ਹੋ ਗਈ ਫਿਰ ਤੁਸੀਂ ਝੋਨਾ ਵੀ ਨਹੀਂ ਬੀਜ ਸਕਦੇ। ਪਤਾ ਕੀ ਹੈ ਜੀ, ਜਿਹੜਾ ਕਿਸਾਨ ਆ ਉਹ ਮਜਬੂਰ ਹੈ ਕਿਤੇ ਨਾ ਕਿਤੇ, ਕਿਉਂਕਿ ਬਾਕੀ ਫਸਲਾਂ ਦਾ ਮੁੱਲ ਦੇ ਨਹੀਂ ਰਹੇ। ਕਹਿ ਦਿੰਦੇ ਨੇ ਵੀ ਮਸਰੀ ਦਾ ਇੰਨਾ ਰੇਟ, ਫਲਾਣੇ ਦਾ ਇੰਨਾ, ਤੁਸੀਂ ਬਾਜ਼ਾਰ 'ਚ ਵੇਚਣ ਵਗ ਜਾਓ, ਜੇ ਤੁਹਾਡੀ ਮਸਰੀ ਕੋਈ ਲੈ ਗਿਆ ਤਾਂ ਮੈਨੂੰ ਫੜ ਦਿਓ। ਪਿਛਲੇ ਦਿਨ ਪੰਮਾ ਜੀ ਇੱਕ ਹੋਇਆ ਸੀ, ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ, ਚਲੋ ਮੂੰਗੀ ਦੀ ਫਸਲ 'ਤੇ ਅਸੀਂ MSP ਦੇਵਾਂਗੇ, ਐਲਾਨ ਹੋਇਆ ਸੀ। ਅਤੇ ਉਹ ਅੱਜ ਵੀ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀ ਮੂੰਗੀ ਦੀ ਫਸਲ 'ਤੇ ਉਹਨਾਂ ਨੂੰ MSP ਮਿਲੀ ਹੋਣੀ ਹੈਗੀ, ਉਹ ਮਨ ਜਿਵੇਂ ਐਂ ਜਾਣ ਲਓ ਮਨ ਚਾਹੀ ਜਿਹੜੀ ਰੇਟ ਹੈ ਆਪਣੀ ਤਾਨਾਸ਼ਾਹੀ ਦੇ ਉਹ ਚੱਕਦੇ ਨੇ। ਅਤੇ ਜੇ ਕਿਸਾਨ ਨੂੰ ਹੁਣ ਜੀਰੀ ਹੈ, ਜੀਰੀ ਦਾ ਤਾਂ ਪਤਾ ਝੋਨੇ ਦਾ ਵੀ ਹਾਂ ਇੰਨਾ ਰੇਟ ਸਰਕਾਰ ਦਾ, ਇੰਨੇ ਦੇ ਆਪਣੀ ਵਿਕਣੀ ਹੈ, ਤਾਂ ਕਰਕੇ ਕਿਸਾਨ ਲਾਉਣ 'ਤੇ ਮਜਬੂਰ ਹੈ। ਪੰਮਾ ਜੀ, ਜਿਹੜਾ ਆਪਣਾ ਨਾ ਵੈਦਰ ਆ, ਜਿਹੜਾ ਆਪਣਾ ਵਾਤਾਵਰਨ ਆ, ਜਾਂ ਉਹਨੂੰ ਆਪਾਂ ਛੇੜਛਾੜ ਕਰਾਂਗੇ ਨਾ ਤਾਂ ਕੁਦਰਤੀ ਕਰੋਪੀ ਤਾਂ ਆਉਣੀ ਆਉਣੀ ਆ। ਹੁਣ ਤੁਸੀਂ ਗਰਮੀ ਦੀ ਗੱਲ ਕਰਦੇ ਹਾਂ ਆਪਾਂ, MSP ਦੀ ਚਲੋ ਇੱਕ ਲਹਿਦਾ ਮੈਟਰ ਦੇਣੀ ਸੀ ਸਰਕਾਰ ਨੇ, ਨਹੀਂ ਦੇਣੀ ਸਰਕਾਰ ਨੇ, ਉਹ ਸਰਕਾਰ ਦੀ ਉਹ ਆ, ਪਰ ਕਿਤੇ ਨਾ ਕਿਤੇ ਕਿਸਾਨੀ ਨੂੰ ਖਤਮ ਕਰਨ ਲਈ ਇਹ ਵੱਡਾ ਇੱਕ ਖੋਰਾ ਵੀ ਆ। ਦੂਜੇ ਪਾਸੇ ਗੱਲ ਕਰਦੇ ਹਾਂ ਆਪਾਂ ਵਾਤਾਵਰਨ, ਜੇ ਆਪਾਂ ਕੁਦਰਤ ਦੀ ਕਰੋਪੀ ਜਾਂ ਵਾਤਾਵਰਨ ਛੇੜਛਾੜ ਕਰਾਂਗੇ ਨਾ ਤਾਂ ਕੁਦਰਤੀ ਕਰੋਪੀ ਤੋਂ ਬਚ ਨਹੀਂ ਸਕਦੇ। ਹੁਣ ਤੁਸੀਂ ਆ ਗਰਮੀ ਦੇਖ ਲਓ ਕਿੰਨੀ ਪੈ ਰਹੀ ਆ, ਕਾਰਨ ਕੀ ਆ, ਰੋਡ ਬਣ ਰਹੇ ਜੇ ਵੱਡਾ ਵੱਡਾ ਵਿਕਾਸ ਦੀ ਗੱਲ ਕਰ, ਸਰਕਾਰ ਆ ਕਹਿੰਦੇ ਅਸੀਂ ਵਿਕਾਸ ਕੀ ਕਰ ਰਹੇ ਹਾਂ, ਉਹ ਭਲੇ ਮਾਨਸੋ ਜਦੋਂ ਵਿਕਾਸ ਹੋ ਰਿਹਾ ਹੈ, ਜਿਹੜਾ ਹੁਣ ਪਟਿਆਲਾ ਰੋਡ 'ਤੇ ਮੈਂ ਲੰਘਿਆ ਪਰਸੋਂ ਚੌਥੇ, ਤਾਂ ਉੱਥੋਂ ਸਾਈਡ ਤੋਂ ਦਰਖਤ ਕੱਟੇ ਜਾ ਰਹੇ ਨੇ, ਜਦ ਕਿ ਪਟਿਆਲਾ ਰੋਡ 'ਤੇ ਜਿਹੜੇ ਜਦੋਂ ਤੁਸੀਂ ਪਟਿਆਲੇ ਤੱਕ ਜਾਓਗੇ ਨਾ, ਸਰਹੰਦ ਪਟਿਆਲਾ ਮਾਰਗ 'ਤੇ ਜਾਓਗੇ ਤੁਸੀਂ, ਸੜਕ ਦੇ ਨਾਲ ਨਾਲ ਦਰਖਤ ਨੇ, ਦੂਰ ਦੂਰ ਤੱਕ ਦਰਖਤ ਨਹੀਂ ਦਿਖਦਾ ਉਸ ਤੋਂ ਬਾਅਦ ਖੇਤਾਂ ਦੇ ਵਿੱਚ, ਮੋਟਰਾਂ ਤੋਂ ਖਤਮ ਹੋ ਗਏ। ਜਦੋਂ ਉਹ ਦਰਖਤ ਜਦੋਂ ਰੋਡ 4x1 ਬਣ ਗਿਆ ਤਾਂ ਦਰਖਤ ਖਤਮ ਹੋ ਜਾਣਗੇ, ਰੋਡੇ ਰਹਿ ਜੂ ਇਕੱਲਾ, ਉਹ ਤੁਸੀਂ ਸਿਰੇ ਤੱਕ ਜਾਂਦੇ ਦੇਖਿਓ ਕਿ ਐਂ ਲੱਗਦਾ ਜਿਵੇਂ ਰਾਜਸਥਾਨ ਪਹੁੰਚ ਗਏ ਆਪਾਂ। ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ, ਸਰਕਾਰਾਂ ਨੂੰ ਵੀ ਅਪੀਲ ਕਰਦੇ ਹਾਂ, ਜੋ ਜਿਹੜਾ ਰੋਡ ਕੱਢ ਰਹੇ ਨੇ ਇਹ, ਰੋਡ ਦੇ ਨਾਲ ਨਾਲ ਜਦੋਂ ਰੋਡ ਦੀ ਪ੍ਰੋਵੀਜ਼ਨ ਰੋਡ ਤਿਆਰ ਹੋ ਗਿਆ ਉਹਦੇ ਨਾਲ ਦਰਖਤ ਨਾਲ ਦੀ ਨਾਲ ਲਗਾਏ ਜਾਣ। ਇਸੇ ਤਰ੍ਹਾਂ ਤੁਹਾਡੇ ਨਾਲ ਹੋਰ ਜਾਣਕਾਰੀ ਲੈ ਕੇ ਜੁੜੇ ਰਹਾਂਗੇ, ਸਾਡੇ ਨਾਲ ਜੁੜੇ ਰਹੋ, ਧੰਨਵਾਦ।